ਆ ਦੇਖੋ ਅੱਜ ਦੇਸ਼ ਦੇ ਵਿੱਚ ਜੋ ਮਾਹੌਲ ਬਣਿਆ ਬਿਲਕੁਲ ਇਲੈਕਸ਼ਨਸ ਤੋਂ ਪਹਿਲਾਂ ਕਿਸੇ ਚੁਣੇ ਹੋਏ ਮੁੱਖ ਮੰਤਰੀ ਨੂੰ ਅਰਵਿੰਦ ਕੇਜਰੀਵਾਲ ਜੀ ਜਿਹੜੇ ਨੈਸ਼ਨਲ ਕਨਵੀਨਰ ਵੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲੈਣਾ, ਇਹ ਮੈਂ ਸਮਝਦਾ ਕਿ ਬਹੁਤ ਹੀ ਲੋਕਤੰਤਰ ਦੇ ਨਾਲ ਬੇਇਨਸਾਫੀ ਹੈ। ਇਹ ਲੋਕਤੰਤਰ ਦਾ ਗਲਾ ਘੁੱਟਣ ਦੀ ਪੂਰੀ ਸਾਜ਼ਿਸ਼ ਹੈ ਔਰ ਸੰਵਿਧਾਨ ਦੀ ਇਸ ਤੋਂ ਵੱਡੀ ਹੱਤਿਆ ਨਹੀਂ ਹੋ ਸਕਦੀ। ਔਰ ਦੂਸਰਾ ਮੈਂ ਸਮਝਦਾ ਕਿ ਕਿਸੇ ਨੂੰ ਅਰੈਸਟ ਕਰਕੇ, ਇਸ ਤੋਂ ਪਹਿਲਾਂ ਸੁਰੇਨ ਨੂੰ ਅਰੈਸਟ ਕੀਤਾ ਗਿਆ, ਫਿਰ ਹੋਰ ਬਹੁਤ ਸਾਰੇ ਲੀਡਰਸ ਨੂੰ ਅਰੈਸਟ ਕੀਤਾ ਗਿਆ, ਕਾਂਗਰਸ ਦੇ ਅਕਾਊਂਟਸ ਫਰੀਜ਼ ਕੀਤੇ ਜਾ ਰਹੇ ਆ। ਸੋ ਇਹ ਲੋਕਤੰਤਰ ਤੋਂ ਪਹਿਲਾਂ ਜਿਹੜੀਆਂ ਅਜਿਹੀਆਂ ਘਟਨਾਵਾਂ ਹੈ, ਇਹ ਕਿਤੇ ਨਾ ਕਿਤੇ ਚੋਣਾਂ ਲੁੱਟਣ ਦੀ ਤਿਆਰੀ ਹੈ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕੇਂਦਰ ਸਰਕਾਰ ਨੂੰ ਕਿ ਇਸ ਤਰ੍ਹਾਂ ਦੇ ਕੰਮਾਂ ਦੇ ਨਾਲ, ਇਸ ਤਰ੍ਹਾਂ ਦੇ ਕਾਰਿਆਂ ਦੇ ਨਾਲ ਤੁਸੀਂ ਲੋਕਤੰਤਰ ਦਾ ਗਲਾ ਨਹੀਂ ਘੁੱਟ ਸਕਦੇ। ਲੋਕਤੰਤਰ ਮਜ਼ਬੂਤ ਹੈ, ਕੇਜਰੀਵਾਲ ਇੱਕ ਸੋਚ ਹੈ ਔਰ ਉਸ ਸੋਚ ਨੂੰ ਜਿਹੜਾ ਉਹ ਖਤਮ ਨਹੀਂ ਕੀਤਾ ਜਾ ਸਕਦਾ। ਦਿੱਲੀ ਦੇ ਵਿੱਚ ਲੋਕ ਸੜਕਾਂ ਤੇ ਵੱਡਾ ਇਕੱਠਾ ਹੋਇਆ, ਪੰਜਾਬ ਦੇ ਵਿੱਚ ਵੀ ਕੋਈ ਪ੍ਰੋਟੈਸਟ ਦੀ ਰਣਨੀਤੀ ਲੱਗੀ ਜਾ ਰਹੀ ਹੈ? ਹਾਂ ਬਿਲਕੁਲ, ਅੱਜ ਪੰਜਾਬ ਦੇ ਵਿੱਚ ਮੈਂ ਇਸ ਤੋਂ ਬਾਅਦ ਬਹੁਤ ਜਲਦੀ ਜਿਹੜਾ ਅਸੀਂ ਮੋਹਾਲੀ ਜਾ ਰਹੇ ਹਾਂ ਔਰ ਮੋਹਾਲੀ ਦੇ ਵਿੱਚ ਵੀ ਜਿਹੜਾ ਅੱਜ ਘਿਰਾਓ ਕੀਤਾ ਜਾ ਰਿਹਾ। ਸੋ ਪੰਜਾਬ ਦਾ ਜਿਹੜਾ ਹਰ ਵਰਕਰ ਹੈ, ਹਰ ਪੰਜਾਬੀ ਜਿਹੜਾ ਉਹ ਅੱਜ ਇਹ ਮਹਿਸੂਸ ਕਰ ਰਿਹਾ ਵੀ ਇਹ ਕਿਸ ਤਰ੍ਹਾਂ ਦਾ ਦੇਸ਼ ਜਿਹੜਾ ਹੈ, ਇਹ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦੇ ਲੋਕਾਂ ਦਾ ਰਾਜ ਹੈ, ਇਹ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦਾ ਜੰਗਲ ਰਾਜ ਹੈ। ਸੋ ਮੈਨੂੰ ਪੂਰੀ ਉਮੀਦ ਹੈ ਕਿ ਜਿਹੜਾ ਸਾਡੇ ਸਾਥੀ ਨੇ, ਜਿਹੜੇ ਪੰਜਾਬੀ ਨੇ ਜਾਂ ਪੂਰਾ ਦੇਸ਼ ਹੈ, ਜਾਂ ਦਿੱਲੀ ਦੀ ਗੱਲ ਕਰੀਏ, ਇਸ ਜਿਹੜੀ ਉਹਨਾਂ ਵੱਲੋਂ ਕਾਰਵਾਈ, ਗਲਤ ਕਾਰਵਾਈ ਕੀਤੀ ਗਈ ਹੈ, ਜਿਹੜਾ ਅਰੈਸਟ ਕੀਤਾ ਗਿਆ, ਇਸ ਦਾ ਮੂੰਹ ਤੋੜਵਾਂ ਜਵਾਬ ਜਿਹੜਾ ਉਹ ਇਲੈਕਸ਼ਨ ਦੇ ਵਿੱਚ ਦੇਣਗੇ। ਦੇਖੋ ਅੱਜ ਦੇਸ਼ ਦੇ ਵਿੱਚ ਜੋ ਮਾਹੌਲ ਬਣਿਆ ਬਿਲਕੁਲ ਇਲੈਕਸ਼ਨਸ ਤੋਂ ਪਹਿਲਾਂ ਕਿਸੇ ਚੁਣੇ ਹੋਏ ਮੁੱਖ ਮੰਤਰੀ ਨੂੰ, ਅਰਵਿੰਦ ਕੇਜਰੀਵਾਲ ਜੀ ਜਿਹੜੇ ਨੈਸ਼ਨਲ ਕਨਵੀਨਰ ਵੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲੈਣਾ, ਇਹ ਮੈਂ ਸਮਝਦਾ ਕਿ ਬਹੁਤ ਹੀ ਲੋਕਤੰਤਰ ਦੇ ਨਾਲ ਬੇਇਨਸਾਫੀ ਹੈ। ਇਹ ਲੋਕਤੰਤਰ ਦਾ ਗਲਾ ਘੁੱਟਣ ਦੀ ਪੂਰੀ ਸਾਜ਼ਿਸ਼ ਹੈ ਔਰ ਸੰਵਿਧਾਨ ਦੀ ਇਸ ਤੋਂ ਵੱਡੀ ਹੱਤਿਆ ਨਹੀਂ ਹੋ ਸਕਦੀ। ਔਰ ਦੂਸਰਾ ਮੈਂ ਸਮਝਦਾ ਕਿ ਕਿਸੇ ਨੂੰ ਅਰੈਸਟ ਕਰਕੇ, ਇਸ ਤੋਂ ਪਹਿਲਾਂ ਸੁਰੇਨ ਨੂੰ ਅਰੈਸਟ ਕੀਤਾ ਗਿਆ, ਫਿਰ ਹੋਰ ਬਹੁਤ ਸਾਰੇ ਲੀਡਰਸ ਨੂੰ ਅਰੈਸਟ ਕੀਤਾ ਗਿਆ, ਕਾਂਗਰਸ ਦੇ ਅਕਾਊਂਟਸ ਫਰੀਜ਼ ਕੀਤੇ ਜਾ ਰਹੇ ਆ। ਸੋ ਇਹ ਲੋਕਤੰਤਰ ਤੋਂ ਪਹਿਲਾਂ ਜਿਹੜੀਆਂ ਅਜਿਹੀਆਂ ਘਟਨਾਵਾਂ ਹੈ, ਇਹ ਕਿਤੇ ਨਾ ਕਿਤੇ ਚੋਣਾਂ ਲੁੱਟਣ ਦੀ ਤਿਆਰੀ ਹੈ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕੇਂਦਰ ਸਰਕਾਰ ਨੂੰ ਕਿ ਇਸ ਤਰ੍ਹਾਂ ਦੇ ਕੰਮਾਂ ਦੇ ਨਾਲ, ਇਸ ਤਰ੍ਹਾਂ ਦੇ ਕਾਰਿਆਂ ਦੇ ਨਾਲ ਤੁਸੀਂ ਲੋਕਤੰਤਰ ਦਾ ਗਲਾ ਨਹੀਂ ਘੁੱਟ ਸਕਦੇ। ਲੋਕਤੰਤਰ ਮਜ਼ਬੂਤ ਹੈ, ਕੇਜਰੀਵਾਲ ਇੱਕ ਸੋਚ ਹੈ ਔਰ ਉਸ ਸੋਚ ਨੂੰ ਜਿਹੜਾ ਉਹ ਖਤਮ ਨਹੀਂ ਕੀਤਾ ਜਾ ਸਕਦਾ। ਦਿੱਲੀ ਦੇ ਵਿੱਚ ਲੋਕ ਸੜਕਾਂ ਤੇ ਵੱਡਾ ਇਕੱਠਾ ਹੋਇਆ, ਪੰਜਾਬ ਦੇ ਵਿੱਚ ਵੀ ਕੋਈ ਪ੍ਰੋਟੈਸਟ ਦੀ ਰਣਨੀਤੀ ਲੱਗੀ ਜਾ ਰਹੀ ਹੈ? ਹਾਂ ਬਿਲਕੁਲ, ਅੱਜ ਪੰਜਾਬ ਦੇ ਵਿੱਚ ਮੈਂ ਇਸ ਤੋਂ ਬਾਅਦ ਬਹੁਤ ਜਲਦੀ ਜਿਹੜਾ ਅਸੀਂ ਮੋਹਾਲੀ ਜਾ ਰਹੇ ਹਾਂ ਔਰ ਮੋਹਾਲੀ ਦੇ ਵਿੱਚ ਵੀ ਜਿਹੜਾ ਅੱਜ ਘਿਰਾਓ ਕੀਤਾ ਜਾ ਰਿਹਾ। ਸੋ ਪੰਜਾਬ ਦਾ ਜਿਹੜਾ ਹਰ ਵਰਕਰ ਹੈ, ਹਰ ਪੰਜਾਬੀ ਜਿਹੜਾ ਉਹ ਅੱਜ ਇਹ ਮਹਿਸੂਸ ਕਰ ਰਿਹਾ ਵੀ ਇਹ ਕਿਸ ਤਰ੍ਹਾਂ ਦਾ ਦੇਸ਼ ਜਿਹੜਾ ਹੈ, ਇਹ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦੇ ਲੋਕਾਂ ਦਾ ਰਾਜ ਹੈ, ਇਹ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦਾ ਜੰਗਲ ਰਾਜ ਹੈ। ਸੋ ਮੈਨੂੰ ਪੂਰੀ ਉਮੀਦ ਹੈ ਕਿ ਜਿਹੜਾ ਸਾਡੇ ਸਾਥੀ ਨੇ, ਜਿਹੜੇ ਪੰਜਾਬੀ ਨੇ ਜਾਂ ਪੂਰਾ ਦੇਸ਼ ਹੈ, ਜਾਂ ਦਿੱਲੀ ਦੀ ਗੱਲ ਕਰੀਏ, ਇਸ ਜਿਹੜੀ ਉਹਨਾਂ ਵੱਲੋਂ ਕਾਰਵਾਈ, ਗਲਤ ਕਾਰਵਾਈ ਕੀਤੀ ਗਈ ਹੈ, ਜਿਹੜਾ ਅਰੈਸਟ ਕੀਤਾ ਗਿਆ, ਇਸ ਦਾ ਮੂੰਹ ਤੋੜਵਾਂ ਜਵਾਬ ਜਿਹੜਾ ਉਹ ਇਲੈਕਸ਼ਨ ਦੇ ਵਿੱਚ ਦੇਣਗੇ।